ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਤਾਂ ਜੀ ਚਾਹ ਪੀ ਲਓ, 3:30 ਦਾ ਟਾਈਮ ਹੋ ਗਿਆ ਅਤੇ ਆਪਣਾ ਵਲੌਗ ਸ਼ੁਰੂ ਕਰਿਆ। ਅਤੇ ਕੱਲ੍ਹ ਮਿਸਤਰੀਆਂ ਨੇ ਕਿਹਾ ਸੀ, ਕਹਿੰਦੇ ਸਾਨੂੰ ਚਾਹ ਤੁਸੀਂ ਲੇਟ ਕਰਿਆ ਕਰੋ। ਅਸੀਂ 2:30 ਵਜੇ ਕਰਦੇ ਸੀ, ਕਹਿੰਦੇ ਨਹੀਂ ਸਾਨੂੰ ਚਾਹ ਵੀ 2 ਵਜੇ ਤਾਂ ਅਸੀਂ ਕੰਮ 'ਤੇ ਲੱਗ ਗਿਆ ਵੀ ਚਾਹ ਸਾਨੂੰ 3:15 3:30 ਦਿਆ ਕਰੋ। ਆਪਾਂ ਚਾਹ ਬਣਾ ਲਿਆਂਦੀ ਹੈ। ਲਵਲੀ, ਤੇਰਾ ਕੰਮ ਅੱਜ? ਪਹਿਲਾਂ ਅਸੀਂ ਚਲੇ ਗਏ ਜੀ ਭੋਗ ਦੇ, ਪੀ ਲਓ, ਠੰਡੀ ਹੋ ਗਈ। ਗੁੱਲੀ ਤਾਂ ਚਾਹ ਪੀਂਦੀ ਨਹੀਂ। ਅੱਜ ਭੈਣ ਦੇ ਜੇਠ ਜੀ ਦਾ ਭੋਗ ਸੀ, ਅਸੀਂ ਪਹਿਲਾਂ ਉੱਧਰ ਚਲੇ ਗਏ, ਆ ਕੇ ਰੋਟੀ ਸਬਜ਼ੀ ਪਾਣੀ ਕਰਿਆ, ਹੁਣ ਚਾਹ ਕਰੀ ਹੈ ਜੀ। ਅਤੇ ਕਣਕ ਆਪਣੀ ਕੱਲ੍ਹ ਵਿਕ ਗਈ ਹੈ ਜੀ, ਵਧੀਆ ਨਿਕਲਿਆ ਆ ਫੇਰ। ਅਤੇ ਅਜੇ ਕੁਛ ਘਰੇ ਪਈ ਹੈ, ਹੈ ਨਾ, ਫਿਰ ਪਤਾ ਲੱਗੂਗੀ। ਅਤੇ ਉਹਦੇ ਤੋਂ ਅੱਜ ਪੱਤੇ ਪੁੱਤੇ ਲਾਏ ਨੇ, ਥੋੜ੍ਹੀ ਜਿਹੀ ਸੱਤੀ ਆਪਣੇ ਕੰਮ ਕਰਦਾ ਜੀ, ਉਹਨੇ ਖੰਡਿਆਈ ਹੈਗੀ, ਥੋੜ੍ਹੀ ਜਿਹਾ ਸੇਕ ਜੇ ਲੱਗ ਜੇ ਕੱਲ੍ਹ ਨੂੰ ਜਾਂ ਪਰਸੋਂ, ਫਿਰ ਆਪਾਂ ਢੋਲਾਂ 'ਚ ਪਾ ਦਾਂਗੇ। ਅਤੇ ਸਾਨੂੰ ਐਵੇਂ ਆ ਵੀ ਆਪਣਾ ਨਿਯਮਾਂ ਦਾ ਅੱਜ ਕੰਮ ਨਿਬੜ ਜੂਗਾ ਸਾਰਾ, ਫਿਰ ਐਂ ਪਤਾ ਨਹੀਂ ਵੀ ਭਰਤ ਵਾਲੇ ਆ ਜਾਣ ਕੱਲ੍ਹ ਜਾਂ ਪਰਸੋਂ ਨੂੰ। ਵੀ ਉਹਨਾਂ ਦੀ ਮਿੱਟੀ ਪਾਉਣ ਤੋਂ ਪਹਿਲਾਂ ਸਾਡੀ ਕਣਕ ਆ ਜੇ ਢੋਲਾਂ ਦੇ ਵਿੱਚ ਸਮਝੇ। ਇੱਕ ਢੋਲ ਆਪਣਾ ਪਿਛਲੇ ਸਾਲ ਵਾਲਾ ਭਰਿਆ ਪਿਆ, ਇਸ ਸਾਲ 2 ਭਰਾਂਗੇ। ਉਂਝ ਅਸੀਂ 3 ਢੋਲ ਭਰਦੇ ਹੁੰਦੇ ਹਾਂ, 2 ਢੋਲ ਆਪਾਂ ਭਰਾਂਗੇ, 1 ਢੋਲ ਪ੍ਰਭਕਾ ਹੋਊਗਾ ਵਾਸਤੇ 3 ਢੋਲ ਭਰਨੇ ਨੇ। ਬਾਕੀ ਜਿਹੜੀ ਬਚੀ ਸਾਰੀ ਮੰਡੀ 'ਚ ਸਿੱਟਿਆਵਾਂਗੇ, ਇੱਕ ਗੇੜਾ ਹੋਰ ਲਾਇਆ ਸਿੱਟਿਆਵਾਂਗੇ ਅਤੇ ਵੇਚ ਜਾਵਾਂਗੇ। ਅੱਜ ਇੰਨੀ ਜ਼ਿਆਦਾ ਗਰਮੀ ਆ, ਸਾਹ ਸੁੱਕੇ ਪੈਣੇ, ਗਰਮੀ ਆ, ਬਹੁਤ ਜ਼ਿਆਦਾ ਗਰਮੀ ਆ। ਆ ਕੇ ਮੈਂ ਚੇਂਜ ਨਹੀਂ ਕਰਿਆ ਹੈਗਾ, ਹੁਣ ਚਾਹ ਚੂਹ ਪੀ ਕੇ 4:30-5 ਵਜੇ ਮੈਂ ਦੇਖ ਰਹੀ ਹਾਂ ਜੀ, ਹੁਣ ਟਾਈਮ ਲੱਗਿਆ ਪੰਜਾਬੀ ਕਾਰਨਰ ਵਾਸਤੇ ਵੀਡੀਓ ਬਣਾ ਦਿੰਦੀ ਹਾਂ ਇੱਕ ਅੱਧੀ, ਅਤੇ ਫਿਰ ਅਸੀਂ ਬਾਜ਼ਾਰ ਜਾ ਕੇ ਆਵਾਂਗੇ ਜੀ। ਮੈਂ ਤਾਂ ਪਾਰਸਲ ਕੱਟੇ ਆਵਾਂਗੇ, ਕੱਲ੍ਹ ਜਾਇਆ ਨਹੀਂ ਗਿਆ ਮਾਸਟਰ ਜੀ ਤੋਂ, ਅਤੇ ਲੇਟ ਬਹੁਤ ਜ਼ਿਆਦਾ ਹੋ ਗਿਆ ਸੀ। ਮੈਂ ਪਾਰਸਲ ਕੱਢੇ ਆਵਾਂਗੇ, ਮੈਂ ਜਿਹੜਾ ਕੋਈ ਹੋਰ ਕੰਮ ਕਰਨ ਵਾਲਾ ਇੱਕ ਅੱਧਾ ਉਹ ਕਰੇ ਆਵਾਂਗੇ। ਦੁਪੱਟੇ ਤਾਂ ਨਹੀਂ ਹੈਗੇ ਡਾਈ ਹੋਏ ਗਏ? ਦੁਪੱਟਾ ਵੀ ਇੱਕ ਅੱਧਾ ਲੈ ਕੇ ਜਾਣ ਵਾਲੇ, ਉਹ ਡਾਈ ਕਰਵਾ ਲੈਂਦੇ ਹਾਂ ਹੋਰ। ਦੇਵੀ ਹੁਣ ਤਾਂ ਰੈਸਟ ਕਰਨ ਨੂੰ ਵੀ ਜੀ ਕਰਦਾ ਹੁੰਦਾ ਨਾ, ਰੋਟੀ ਖਾ ਕੇ ਵੀ ਥੋੜ੍ਹਾ ਟਾਈਮ ਰੈਸਟ ਹੋ ਜੀ, ਕਰ ਲਈਏ ਨਾ, ਕੋਈ ਕੰਮ ਹੁੰਦਾ ਨਾ ਰੈਸਟ। ਜਦੋਂ ਕਿਤੇ ਬਾਹਰ ਜਾਂਦੇ ਹਾਂ ਹੈ ਨਾ, ਖਾਸ ਕਰਕੇ ਜੀ ਇਸ ਤਰ੍ਹਾਂ ਹੈ ਨਾ, ਕਿਸੇ ਦੁੱਖ ਦੇ ਵਿੱਚ ਜਾਂਦੇ ਹਾਂ, ਆ ਕੇ ਮੇਰਾ ਸਿਰ ਦਰਦ ਕਰਨ ਲੱਗ ਜਾਂਦਾ ਬਹੁਤ ਜ਼ਿਆਦਾ, ਕਿਉਂਕਿ ਜਦੋਂ ਅੱਖਾਂ 'ਚੋਂ ਪਾਣੀ ਡਿੱਗਦਾ ਫਿਰ ਆ ਕੇ ਆਹ ਚੀਜ਼ਾਂ ਦੁੱਖਦੀਆਂ ਨੇ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਦੁੱਖਦਾ ਸਿਰ 'ਤੇ। ਜੇ ਆ ਕੇ ਕੌਫੀ ਪੀ ਲੈਂਦੀ ਘੁੱਟ ਫਿਰ ਠੀਕ ਵੀ ਹੋ ਜਾਂਦਾ, ਬਸ ਅਸੀਂ ਲਾਲਚ ਜੇ 'ਚ ਰੋਟੀਆਂ ਪਕਾ ਦਿਉ ਜੀ, ਆਹ ਕਰ ਲਓ ਕਰ ਲਓ, ਟਾਈਮ ਦੇ ਲਾ ਕੇ ਬਿੰਦਕ ਬੈਠ ਜੇ ਗਈ। ਹੁਣ ਜੇ ਹੁਣ ਕੌਫੀ ਪੀਵਾਂਗੇ ਫਿਰ ਰਾਤ ਨੂੰ ਨੀਂਦ ਨਹੀਂ ਆਉਣੀ ਹੈਗੀ। ਅੱਜ ਤਾਂ ਬਹੁਤ ਤੇਜ਼ ਧੁੱਪ ਹੈ, ਰੱਬ ਨੇ ਨਾ ਦਾਣੇ ਨਹੀਂ ਸਾਂਭਣ ਦਿੱਤੇ, ਕਦੇ ਮੀਂਹ ਕਦੇ ਗੜੇ ਕਦੇ ਕੁਛ। ਹੁਣ ਜਦੋਂ ਸਭ ਦੀਆਂ ਤੂੜੀਆਂ ਹੋ ਗਈਆਂ, ਜਮਾ ਇਹਨੇ ਗਰਮੀ ਨਾਲ ਰਾੜ ਦੂਗਾ, ਜਮਾਂ ਮੀਂਹ ਨਹੀਂ ਪਾਉਣਾ ਹੈਗਾ। ਐਤਕੀ ਕੋਈ ਕਣਕ ਸਾਂਭਣੀ ਸਾਂਭੀ ਆ, ਬੁਰਾ ਹਾਲ ਕਰਤਾ, ਬਹੁਤ ਮੁਸ਼ਕਿਲ ਨਾਲ ਕਣਕ ਸਾਂਭੀ ਆ, ਸਭ ਦਾ ਹੀ ਇਹੀ ਹਾਲ ਹੋਊਗਾ। ਸਾਡੇ ਵੱਲੇ ਕਣਕਾਂ ਸਭ ਦੀਆਂ ਵੱਢੀਆਂ ਗਈਆਂ, ਤੂੜੀ ਦਾ ਕੋਈ ਕੋਈ ਘਰ ਰਹਿੰਦਾ ਤੂੜੀ ਕਰਨ ਵਾਲਾ, ਤੂੜੀ ਦਾ ਕੰਮ ਵੀ ਨਿਬੜ ਜੂ, ਢੋਲਾਂ ਢੁਲਾਂ ਸਭ ਦੀਆਂ ਪੈ ਗਈਆਂ। ਸਾਡੇ ਵਰਗੇ ਰਹਿ ਗਏ ਫਾਟੀ ਐਤਕੀ, ਜਿਨ੍ਹਾਂ ਦਾ ਘਰ ਕਰਕੇ ਸਾਨੂੰ ਟਾਈਮ ਨਹੀਂ ਲੱਗਿਆ ਹੈ ਨਾ। ਰੱਬ ਨੇ ਪਤਾ ਨਹੀਂ ਗਿਣ ਗਿਣ ਕੇ ਬਦਲੇ ਲਏ, ਹਰੇਕ ਸਾਲ ਸਾਡੀ ਕਣਕ ਉੱਧਰ ਸ਼ੈੱਡ ਥੱਲੇ ਹੁੰਦੀ ਜਿੱਥੇ ਆਪਣਾ ਸਮਾਨ ਧਰਿਆ ਹੁੰਦਾ, ਕਦੇ ਕਣੀ ਨਹੀਂ ਸਿੱਟੀ ਸੀ। ਐਤਕੀ ਕਣਕ ਬਾਹਰੇ ਸੀ, ਦੇ ਮੀਂਹ ਲੈ ਮੀਂਹ ਕਰਤਾ, 2.5-3 ਮਣ ਜਿਹੜੀ ਕਣਕ ਸੀ ਉਹਦੇ ਥੱਲੇ ਨਾ, ਆਪਣੇ ਕੀ ਹੁੰਦਾ ਟਰਾਲੀ ਦੇ ਥੱਲੇ ਕਾਲੀ ਨਿਕਲ ਆਈ, ਉਹ ਮੋੜ ਕੇ ਲਿਆਇਆ ਸੱਤੀ, ਹੁਣ ਅੱਜ ਉਹ ਧੋਤੀ ਹੈ ਵੀ ਕਹਿਣਾ, ਧੋ ਕੇ ਸੁਕਾ ਕੇ ਦਾਣਾ ਪਾ ਲਿਓ, ਕਾਲੀ ਹੋ ਗਈ ਕਿਉਂਕਿ ਜੀ ਮੀਂਹ ਪਈ ਗਈ, ਉੱਤੇ ਨੇ ਪੱਲੀ ਪਾਈ ਹੋਈ, ਫਿਰ ਪਤਾ ਨਹੀਂ ਕਿਵੇਂ ਪੱਲੀ ਪਿਛੀ ਦੀ ਮੀਂਹ ਲੰਘ ਗਿਆ ਕਿਸੇ ਤਰ੍ਹਾਂ, ਹੈ ਨਾ, ਚੱਕੀ ਚੁੱਕੀ ਗਈ, ਹਵਾ ਉੱਡ ਗਈ ਹੋਊਗੀ, ਕਾਲੀ ਹੋ ਗਈ ਸੀ 2.5-3 ਮਣ ਕਣਕ, ਉਹ ਹੁਣ ਧੋਤੀ ਆ, ਬਸ ਸੁਕਾ ਕੇ ਫਿਰ ਸੁੱਕ ਗਈ, ਆਪਾਂ ਦਾਣਾ ਪਾ ਲਾਂਗੇ। ਮਨਵੀਰ ਦਾ ਫੋਨ ਆ ਰਿਹਾ, ਕੁਛ ਦੀ ਰੋਕੋ ਸਰ, ਚਲੋ ਜੀ ਆਪਾਂ ਮਨਵੀਰ ਨਾਲ ਗੱਲ ਕਰ ਲਈਏ।
ਚਾਹ ਪੀਂਦੀ ਆ ਆਪਣੇ ਕੰਮ 'ਚ ਧਿਆਨ ਦਿੰਦੀ। ਸਾਢੇ ਨੌ ਤੋਂ ਮੈਂ ਕਦੇ ਲੇਟ ਨਹੀਂ ਹੋਈ, ਰੱਖ ਕੇ ਮੋਬਾਈਲ ਪੈ ਜਾਂਦੀ, ਸਰੀਰ ਸਵੇਰ ਸਨੇਹ ਉੱਠਣਾ ਹੁੰਦਾ। ਹੁਣ ਤਾਂ 5 ਵਜੇ ਜਮਾ ਚਿੱਟਾ ਦਿਨ ਚੜ ਜਾਂਦਾ। ਬਸ ਲਾਸਟ ਸਥਾਨ ਸਿੱਖ ਸੂਟ ਏ ਜਾ ਰਿਹਾ ਖਤਮ ਨੇ, ਇਹ ਵਾਲੇ ਸੂਟ ਸਾਰੇ ਗ੍ਰੇ ਵੀ ਖਤਮ ਹੋ ਗਿਆ, ਇਹ ਵੀ ਖਤਮ ਹੋ ਗਿਆ, ਜਿਹੜੇ ਦੂਜੇ ਦੁਪੱਟਿਆਂ ਵਾਲੇ ਸੀ ਉਹ ਵੀ ਖਤਮ ਹੋ ਗਏ, ਸਾਰੇ ਸਾਰੇ ਸੂਟ ਖਤਮ ਹੋ ਗਏ। ਪ੍ਰਿੰਟਡ ਸੂਟਾਂ ਦੇ ਮੇਰੇ ਪਿਛਲੇ ਸਾਲ ਵਾਲੇ ਨੇ ਮੈਨੂੰ ਉਹਦੇ ਵੀ ਪੁੱਛ ਰਹੇ ਨੇ, ਭੈਣਾਂ ਵੀ ਇਹ ਮਿਲ ਜੂਗਾ ਇਹ ਮਿਲ ਜੂਗਾ। ਪ੍ਰਿੰਟਡ ਸੂਟ ਸਾਡੇ ਕੋਲ ਬਾਹਲਾ ਟਾਈਮ ਨਹੀਂ ਖੜ੍ਹਦੇ ਹੁੰਦੇ, ਬਾਕੀ ਬਹੁਤ ਸੋਹਣੇ ਹੋਰ ਪ੍ਰਿੰਟਡ ਸੂਟ ਆਏ ਪਏ ਨੇ ਜੀ, ਜਿਹੜਾ ਮੇਰੇ ਪਾਇਆ ਇਹਦੇ ਨਾਲ ਦੇ ਵੀ ਮਿਲ ਜਾਣਗੇ, ਚਾਹੀਦੇ ਨੇ ਹੋਰ ਵੀ ਆਏ ਪਏ ਨੇ ਪ੍ਰਿੰਟਡ ਸੂਟ, ਮੈਂ ਉਹਨਾਂ ਦੀਆਂ ਵੀਡੀਓ ਬਣਾਉਣੀਆਂ ਹੁੰਦੀਆਂ। ਦੇਖਦੇ ਅੱਜ ਮੇਰਾ ਸਿਰ ਦਰਦ ਕਰੀ ਜਾਂਦਾ, ਫਿਰ ਮੇਰਾ ਜੀ ਨਹੀਂ ਕਰਦਾ ਹੁੰਦਾ ਉਸ ਕਾਰਨ। ਲਿਆਓ ਜੀ ਕੈਂਚੀ ਦਿਓ, ਰੋਟੀ ਤਾਂ ਤੂੰ ਹੁਣ ਖਾਧੀ, ਇੱਕ ਬਨਾਨਾ ਪਿਆ ਉਹਦੇ ਉੱਪਰ ਫਰਿੱਜ ਦੇ ਉੱਪਰ, ਉਹ ਖਾ ਲਾ ਭਾਜੀ, ਖਾ ਲਾ ਖਰਾਬ ਹੋ ਜਾਂਦਾ। ਹੁਣ ਕੀ ਖਾਏ? ਬਸ ਬਿੰਦਕ ਨੂੰ ਫਿਰ ਭੁੱਖ ਲੱਗੇ, ਉਹ ਖਾਣੀ ਨਾਲ ਕੀ ਭੁੱਖ ਮੈਂ ਕਦੀ। ਗੁਰਲੀਨ ਦੱਸੋ, ਅਕਸਰ ਵੀਡੀਓ ਵਿੱਚ ਇਹੀ ਗੱਲ ਕਹਿੰਦੀ ਦਿਖਾਈ ਦਿੰਦੀ ਹੋਊਗੀ ਵੀ ਹਾਏ ਭੁੱਖ ਲੱਗੀ ਹੈ, ਭੁੱਖ ਲੱਗੀ ਹੈ, ਫਿਰ ਭੁੱਖ ਪਤਾ ਨਹੀਂ ਕਿਉਂ ਲੱਗਦਾ। ਇਹ ਚਾਹ ਨਹੀਂ ਪੀਂਦੀ ਨਾ, ਦੇਖੋ ਹੁਣ ਰੋਟੀ ਖਾਧੀ ਨੂੰ ਉਹਨੂੰ ਹੋ ਗਏ 1.5 ਘੰਟਾ ਹੋ ਗਿਆ, ਫਿਰ ਕਹਿੰਦੇ ਹੁਣ ਰੋਟੀ ਖਾਧੀ। 1.5 ਘੰਟੇ ਤੋਂ ਬਾਅਦ ਫਿਰ ਬੱਚੇ ਨੂੰ ਭੁੱਖ ਲੱਗਦੀ ਹੈ, ਜੇ ਹੁਣ ਇਹ ਚਾਹ ਪੀ ਲੈਂਦੀ ਫਿਰ ਲੰਘ ਜਾਂਦੀ 3 ਘੰਟੇ। ਪਹਿਲਾਂ ਮੈਂ ਮਨਵੀਰ ਦੀ ਅਲਮਾਰੀ ਬਣਾ ਉੱਠੀ ਆਈ ਹਾਂ, ਮਨਵੀਰ ਦੀ ਮਿਸਤਰੀਆਂ ਦਾ ਸਾਰਾ ਕੰਮ ਕਰਦੇ ਆ, ਮਿਸਤਰੀ 4 ਟਾਈਮ ਪੀਂਦੇ, ਤੂੰ ਮਿਸਤਰੀਆਂ ਨਾਲ ਰਲ ਗਿਆ, ਲੋਪਰੀ ਤੇ ਐਡਰੈਸ ਲਿਖ ਕੇ ਕਰ ਦਿਓ ਪੈਕ, ਲੈ ਜਿਹੜੇ ਹੋਰ ਆਰਡਰ ਚੜ੍ਹਾਏ ਨੇ ਉਹ ਵੀ ਪੈਕ ਕਰ ਦਿਓ, ਪ੍ਰਿੰਟਡ ਸੂਟਾਂ ਦੇ ਭੇਜੋ। ਇਹਨੂੰ ਕਿਹਾ ਵਾ ਮੋਟਰ ਵਾਲੀ ਮਸ਼ੀਨ ਦਾ ਸੁਭਾਅ ਪਾ, ਇਹਨੂੰ ਪੈਰਾਂ ਵਾਲੀ ਮਸ਼ੀਨ ਦਾ ਸੁਭਾਅ, ਇਹ ਪੈਰਾਂ ਵਾਲੀ ਤੇ ਸਿਉਂਦੀ ਰਹੀ ਆ ਪਹਿਲਾਂ ਕੱਪੜੇ, ਅੱਜ ਇਹਨੂੰ ਦਿੱਤੀ, ਅੱਜ ਪਹਿਲੇ ਦਿਨ ਲਾਈਟ ਰਹੀ ਆ ਜੀ, ਹੁਣ ਲੱਗਿਆ ਕਰ ਜਾ ਲੈ ਲੱਗ ਜਾ ਕਰਨੀ ਆ।
ਵੀ ਭਾਈ ਮੋਟਰ ਵਾਲੀ ਮਸ਼ੀਨ ਚਲਾਉਣੀ ਸਿੱਖ, ਲੈਸਾਂ ਹੱਥ ਵਾਲੀ ਮਸ਼ੀਨ ਤੂੰ ਕਿੱਥੇ ਲੱਗਦੀਆਂ ਸਾਰਾ ਦਿਨ 4-5 ਲੈਸਾਂ। ਅੱਜ ਜੱਸੀ ਬੀਬੀ ਆਈ ਨਹੀਂ ਛੁੱਟੀ 'ਤੇ, ਆ ਉਸ ਤੋਂ ਜੱਸੀ ਬਹੁਤ ਛੁੱਟੀਆਂ ਮਾਰਦੀ, ਬਾਹਲੀਆਂ ਛੁੱਟੀਆਂ ਮਾਰਦੀ ਸੀ। ਸੱਤਵੀਂ ਪਤਾ ਨਹੀਂ ਅੱਠਵੀਂ ਛੁੱਟੀ ਆ ਉਹਦੀ ਅਪ੍ਰੈਲ ਦੀ, ਮਹੀਨੇ 'ਚ 10 ਦਿਨ ਤਾਂ ਆਂਟੀ ਆਉਂਦੀ। ਹਾਂ 10 ਦਿਨ ਉਹਦੀ, ਹਰ ਮਹੀਨੇ 'ਚ 10 ਛੁੱਟੀਆਂ ਹੁੰਦੀਆਂ ਨੇ, ਕਈ ਵਾਰੀ 12 ਵੀ ਹੋ ਜਾਂਦੀਆਂ ਨੇ। 20 ਦਿਨ ਮਸਾਂ ਆਉਂਦੀ ਸਾਡੀ ਕੁੜੀ ਮਹੀਨੇ 'ਚ। ਰੋਟੀ ਖਾ ਤਾਂ ਲਈ, ਲਓ ਜੀ ਸਾਡੇ ਬੈਠੇ ਬੈਠੇ ਮਿਸਤਰੀ ਨੇ ਇੱਧਰ ਕੰਧ ਲਾ ਤੀ, ਅਸੀਂ ਕਿੱਥੋਂ ਮਿਲ ਲੰਘੀਏ। ਕੰਧ ਲੱਗ ਗਈ ਇੱਧਰ, ਉੱਧਰ ਲੱਗ ਗਈ, ਸਾਨੂੰ ਵਿੱਚ ਬੰਦ ਕਰਤਾ। ਸਾਰੀਆਂ ਨਿਓ ਨਿਕਲੀਆਂ ਆਪਣੀਆਂ, ਸੁੱਤੇ ਅੱਜ ਆਪਣੇ ਨਾਲ ਕੰਮ ਕਰਾ ਦਿਆ ਛੋਟਾ ਮੋਟਾ। ਜਿੱਥੇ ਆਪਣਾ ਹੋਣਾ ਨਾ ਇੱਥੇ ਫਰਸ਼ ਲੱਗੂਗਾ ਆਪਣਾ, 4 ਫੁੱਟ ਚੱਕੇ ਆਪਾਂ ਵਿਹੜੇ ਦੇ ਨਾਲ, ਆਹ ਥੋੜ੍ਹਾ ਜਿਹਾ ਬਰਾਂਡਾ ਨੀਵਾਂ ਰੱਖਾਂਗੇ। ਲਓ ਜੀ ਇੱਥੇ ਇੰਨੀ ਜ਼ਿਆਦਾ ਮਿੱਟੀ ਸੀ, ਅੱਜ ਇਹ ਮਿੱਟੀ ਚੱਕ ਕੇ ਕੰਧ ਨਾਲ ਲਵਾਈ ਹੈ। ਸੱਤੀ ਬੁਲਾਇਆ ਹੋਇਆ ਸੀ, ਲਾਂਘਾ ਹੋ ਗਿਆ ਸਾਨੂੰ ਇੱਧਰ ਨੂੰ ਜਾਣ ਨੂੰ, ਹੋਰ ਕੀ ਬੀਡਾ ਕਰੂਗਾ। ਸਾਰੇ ਕਹਿੰਦੇ ਆ ਪੋਲ ਵਿਚਾਲੇ ਕਿਉਂ ਰੱਖਿਆ, ਹੁਣ ਇਹਦੇ ਨੂੰ ਲਾ ਦਿੰਦੇ ਤੇ ਆਹ ਮੋਟਰ ਤੋਂ ਆਪਾਂ 5-5 ਫੁੱਟ ਦੂਰ ਰੱਖਿਆ ਮਿੱਟੀ ਕਰਕੇ, ਤੁਹਾਨੂੰ ਨੇੜੇ ਲੱਗਦਾ ਹੋਊਗਾ, 5 ਫੁੱਟ ਇੱਧਰਲੇ ਪਾਸਿਓ, 5 ਫੁੱਟ ਇੱਧਰਲੇ ਪਾਸਿਓ, ਐਵੇਂ 5-5 ਫੁੱਟ ਦੂਰ ਰੱਖਿਆ ਇਹ। ਇਹ ਪੋਲ ਵੀ ਆਪਣਾ ਪੱਟਿਆ ਜਾਊਗਾ, ਕਿਚਨ ਚ ਪੋਲ ਆਪਾਂ ਨਾ ਹੁਣ ਰੂਮ ਨੇ ਜਿਹੜੇ ਕਾਫੀ ਜ਼ਿਆਦਾ ਵੱਡੇ ਰੱਖੇ ਨੇ ਜੀ, ਪਹਿਲਾਂ ਵਾਲੇ ਰੂਮ ਸਾਡੇ ਛੋਟੇ ਸੀਗੇ, ਰੂਮ ਵੀ ਵੱਡੇ ਰੱਖਿਆ, ਹੁਣ ਲੋਬੀ ਵੀ ਕੱਲ੍ਹ ਕਾਫੀ ਭੈਣ ਭਾਈ ਕਮੈਂਟ ਕਰਦੇ ਸੀ ਵੀ ਲੋਬੀ ਦੇ ਰੂਮ ਖੁੱਲ੍ਹੇ ਰੱਖਿਓ, ਬਹੁਤ ਜ਼ਿਆਦਾ ਖੁੱਲ੍ਹੇ ਰੂਮ ਨੇ। ਆ ਦੇਖੋ ਬੈਡਰੂਮ ਕਿੱਡਾ ਵੱਡਾ ਆਪਣਾ, ਇਹ 17x14 ਦਾ ਰੂਮ ਹੈ, ਚੜ ਜਾ ਉੱਪਰ। ਜਿਹੜਾ ਇਹ ਵਾਲਾ ਬੈਡਰੂਮ ਹੈ, ਇਹ ਵਾਲਾ, ਇਹ 17x14 ਦਾ ਬੈਡਰੂਮ ਹੈ। ਇਹ ਆਪਣਾ ਆ ਗਿਆ ਬਾਥਰੂਮ, ਇਹ ਵੀ ਬਹੁਤ ਜ਼ਿਆਦਾ ਵੱਡਾ। ਇੱਥੇ ਆਪਣਾ ਆ ਗਿਆ ਜੀ ਵਾਸ਼ਿੰਗ ਏਰੀਆ, ਇਹ ਆਪਾਂ 44 ਫੁੱਟ ਜਗ੍ਹਾ ਛੱਡੀ ਹੈ, ਇਹ ਵੈਂਟੀਲੇਸ਼ਨ ਵਾਸਤੇ ਆ, ਦੋਨੋਂ ਰੂਮ ਨੂੰ, ਉਹ ਵਾਲੇ ਰੂਮ ਨੂੰ ਅਤੇ ਇਹ ਵਾਲੇ ਰੂਮ ਨੂੰ ਉਹ ਆਊਗਾ, ਚਾਨਣ ਆਇਆ ਕਰੂਗਾ ਵੈਂਟੀਲੇਸ਼ਨ ਵਾਸਤੇ। ਵੀ ਬਾਥਰੂਮ 'ਚ ਵੀ ਨਹੀਂ ਹਨੇਰਾ ਪੈਣਾ ਇਹਦੇ ਨਾਲ, ਇਹ ਨਿੱਕੀ ਜਗ੍ਹਾ ਛੱਡੀ ਹੈ, ਇੱਕ ਰੂਮ ਆ ਇਹ ਮੇਰਾ ਰੂਮ ਹੈ, ਗੁਰਲੀਨ ਦਾ ਬੈਡਰੂਮ ਹੈ, ਇਹ ਵੀ ਬਹੁਤ ਖੁੱਲ੍ਹਾ ਹੈ, ਬੈਡਰੂਮ ਬਹੁਤ ਵਧੀਆ ਖੁੱਲ੍ਹੇ ਬਣਾਏ ਨੇ। ਔਖਾ ਹੈਗਾ, ਔਖਾ ਸੀ, ਛੋਟੇ ਬੈਡਰੂਮ 'ਚ ਔਖਾ ਹੋ ਜਾਂਦਾ ਜੀ। ਇਹ ਆ ਗਿਆ ਆਪਣਾ ਡਾਇਨਿੰਗ ਏਰੀਆ, ਜਿੱਥੇ ਡਾਇਨਿੰਗ ਟੇਬਲ ਟਿਕੂਗਾ, ਇਹ ਵਾਲਾ, ਇਹ ਵੀ 11 ਫੁੱਟ ਹੈ। ਪਹਿਲਾਂ ਮੈਨੂੰ ਐਂ ਲੱਗਦਾ ਸੀ ਵੀ ਇੱਥੇ ਜਮਾਂ ਜਗ੍ਹਾ ਥੋੜ੍ਹੀ ਨਾ ਰਹਿ ਜਾਵੇ, ਪਰ 11 ਫੁੱਟ ਜਗ੍ਹਾ ਬਹੁਤ ਹੈ ਜੀ।
ਇਹਦੇ ਮੂਰੇ ਡਾਇਨਿੰਗ ਏਰੀਆ, ਇਹਦੇ ਮੂਰੇ ਆ ਗਿਆ ਡਰਾਇੰਗ ਰੂਮ, ਇਹ ਆ ਗਈ ਲੌਬੀ, ਲੌਬੀ ਬਹੁਤ ਜ਼ਿਆਦਾ ਖੁੱਲੀ ਹੈ, ਇਹ ਸਾਰੀ ਲੌਬੀ, ਇਹ ਵੀ ਸਾਰਾ ਲੌਬੀ 'ਚ ਹੀ ਆ ਜੂਗਾ, ਇਹ ਵਾਲਾ ਜਿਹੜਾ ਇਹ ਏਰੀਆ ਲੌਬੀ ਦੇ ਤੌਰ 'ਤੇ ਬਣਾਉਣਾ ਮਰਜ਼ੀ ਪੇਟੀਆਂ ਪੂਟੀਆਂ ਟਿਕ ਜਾਣ। ਇਹ ਆਪਣਾ ਟਰਾਈ ਰੂਮ, ਇਹ ਵੀ ਖੁੱਲ੍ਹਾ ਰੱਖਿਆ, ਕੋਈ ਵਿੱਚ ਕੱਪੜੇ ਪਲੇਨ ਫੈਬਰਿਕ ਵਗੈਰਾ ਰੱਖ ਲਿਆ ਕਰਾਂਗੇ, ਸਾਨੂੰ ਐਂ ਲੱਗਾ ਵੀ ਬੁਟੀਕ 'ਚ ਜ਼ਿਆਦਾ ਭੀੜ ਪੈਂਦੀ ਹੈ ਨਾ, ਇਹ ਸਲਫਾਂ ਪਾ ਕੇ ਪਲੇਨ ਫੈਬਰਿਕ। ਲੌਬੀ ਆਪਣੀ ਬਹੁਤ ਖੁੱਲ੍ਹੀ ਹੈ, ਇੱਥੋਂ ਪੌੜੀਆਂ ਚੜ੍ਹਨਗੀਆਂ ਇਸ ਵਾਲੀ ਜਗ੍ਹਾ ਤੋਂ, ਆਹ ਕੋਲੇਜ ਨਾਲ ਪੌੜੀਆਂ ਚੜ੍ਹ ਜਾਣੀਆਂ, ਘੁੰਮ ਕੇ ਉੱਧਰ ਨਹੀਂ ਜਾਣੀਆਂ। ਬਹੁਤ ਖੁੱਲ੍ਹਾ ਬਣਾਇਆ ਹੁਣ, ਪਹਿਲਾਂ ਭੀੜੇ 'ਚ ਬਾਹਲੇ ਔਖੇ ਹੁੰਦੇ ਸੀ, ਜਦੋਂ ਪੋਚੇ ਲਾਉਣੇ ਪਏ, ਸਫਾਈਆਂ ਕਰਨੀਆਂ ਪਈਆਂ, ਫਿਰ ਪਤਾ ਲੱਗਿਆ। ਦੇਖੋ ਦੇਖੋ ਤਾਂ ਪੋਰਚ, ਤੁਸੀਂ ਕਹਿੰਦੇ ਹੋ ਗੱਡੀ ਖੜਦੀ ਨਹੀਂ, ਪੋਰਚ ਦਾ ਐਡਾ ਵੱਡਾ ਲੱਗਦਾ, ਖੜਦੀ ਕਿਉਂ? ਆਲੂ ਕਿੱਧਰ ਬਣ ਗਈ ਗੋਲ, ਕਿੰਨਾ ਬਚਾਲੋ, ਕਿੰਨਾ ਫੁੱਟਾ, ਕਿੰਨੇ ਫੁੱਟਾ ਜੀ ਬਚਾਲੋ, ਇਹ ਅੰਦਰੋਂ 11 ਫੁੱਟ ਰਹਿ ਜੂਗਾ, ਉਧਰ ਪਰ ਪਾਣੀ ਵਾਲ ਤੇ ਲਿਆਓ, ਖੜਨੀ ਨਹੀਂ ਚਾਹੀਦੀ ਤੇਰੀ ਯਾਰ, ਪਾਣੀ ਵਾਲ ਦਾ ਗੱਡੀ ਦਾ ਖੜ ਜੂਗੀ ਆਰਾਮ ਤੇ, ਆਰਾਮ ਤੇ ਇੱਧਰ ਨੂੰ ਕਿੰਨਾ, ਇੱਧਰ ਨੂੰ ਵੀ 11, ਨਾ ਯਾਰ ਪਾਣੀ ਵਾਲ ਨਹੀਂ ਹੋ ਗਿਆ, ਇੱਧਰ ਵੀ ਖੜਾ ਲਾ ਕਰਾਂਗੇ ਕੀ ਗੱਲ, ਇੱਧਰ ਵੀ ਲਿਆ ਕੇ ਨਹੀਂ ਕਰ ਦੂੰਗੀ, ਆਈ ਵੀ ਖੜੂਗੀ, ਨਾ ਯਾਰ ਥੋੜਾ ਜਿਹਾ ਇੱਧਰ ਨੂੰ ਵੱਡਾ ਲੱਗਦਾ ਹੈਗਾ, ਇੱਧਰ ਵੀ ਲਿਆ ਕੇ ਘਮਾਤੀ ਮੂੰਹ ਤੱਕ, ਆਰਾਮ ਤੇ ਇੰਨਾ ਕੋਈ ਨਾ ਕੋਲ ਹੋਊਗਾ, ਉਹ ਗੱਡੀ ਨਹੀਂ ਖੜੂ, ਟਰੈਕਟਰ ਖੜਾ ਜੂ, ਫਿਰ ਧੁੱਪ ਨੀ ਆਉਂਦੀ ਅੰਦਰ, ਧੁੱਪ ਦਾ ਕੰਮ ਆਉਂਦੀ ਹੈ, ਇਹ ਕੌਲ ਆਪਾਂ ਚੱਕ ਦਾਂਗੇ, ਸਾਰੀ ਜਗ੍ਹਾ ਖੁੱਲੀ ਹੋ ਜਾਊਗੀ, ਇਹਨੂੰ ਉੱਪਰੋਂ ਸਪੋਰਟ ਦੇ ਦਾਂਗੇ, ਇਹ ਵਾਲੇ ਸ਼ੈੱਡ ਦੀ ਨਾ ਉੱਪਰੋਂ ਸਪੋਰਟ ਦੇ ਦਾਂਗੇ, ਇਹ ਕੌਲਾ ਚੱਕਿਆ ਜਾਊਗਾ, ਚਲੋ ਸਾਰਾ ਥਾਂ ਖੁੱਲ੍ਹਾ ਹੋਊਗਾ, ਫਿਰ ਆਪਣਾ ਟਰੈਕਟਰ ਟਰਾਲੀ ਦਾ ਇੱਥੋਂ ਦੀ ਆਰਾਮ ਨਾਲ ਆ ਜਾ, ਬਸ ਇੱਕੋ ਹੀ ਰੱਬ ਅੱਗੇ ਅਰਦਾਸ ਆ ਵੀ ਉਹ ਦਰਖਤ ਬਚਦੇ, ਉਹਦਾ ਪੱਟਿਆ ਜਾਵੇ, ਮਸਾਂ ਹੋ ਜਾ ਕੀ ਕਰਦਾ, ਮਾੜਾ ਜਿਹਾ ਕਰਨੀ ਲੈ ਕੇ ਮੈਂ ਆਹ ਤਾਂ ਕੱਢ ਦੇ ਮਿੱਟੀ ਦਾ ਕੱਢ ਦੇ ਥੋੜ੍ਹੀ ਜੀ, ਹਿੱਲ ਗਿਆ ਹਿੱਲ ਗਿਆ, ਗਲਤ ਕਰ ਲਿਆ ਯਾਰ, ਰ
ਰਾਜੂ ਰਿਹਾ ਓਏ ਚੱਕ ਕੇ ਲੈ ਜਾ ਆ ਪਾਣੀ ਕਿੱਧਰ ਵਗ ਗਿਆ ਨਲਕਾ ਪਟ ਦੀ ਚਲੋ ਮਿੱਟੀ ਕੱਢੋ ਕੋਈ ਗੱਲ ਸਵੇਰੇ ਲਾ ਜੋ ਕਿੰਨੇ ਘਰੇ ਗਏ ਹੋਣਗੇ ਪੰਦਰਾਂ ਕੁ ਬੱਚਿਆਂ ਤੋਂ ਪੰਦਰਾਂ ਵੀਹ ਤਾਂ ਚਲੋ ਠੀਕ ਹੈ ਜੀ ਆਪਾਂ ਬਾਜ਼ਾਰ ਜਾ ਆਈਏ ਠੀਕ ਹੈ ਅਤੇ ਆਪਾਂ ਅੱਜ ਵਾਲੇ ਵਲੋਗ ਦਾ ਡੇਟ ਹੀ ਕਰਦੇ ਹਾਂ ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਪਾਣੀ ਭਰ ਜਾਂਦੇ ਤੌੜੇ ਭਰ ਲੈ